ਤੇ ਅੱਜ ਬੜੀ ਸਫਾਈ ਸਾਈ ਉੱਪਰ ਕਰਾਈ ਜੇ ਉਹ ਪੀਰ ਸਾਹਿਬ ਆ ਰਹੇ ਨੇ ਬਾਹਰੋਂ ਯਾਰ ਤਰੀਕ ਨੂੰ ਫਿਰ ਲੱਗੇ ਯਾਰ ਮੈਂ ਮੁੰਡਿਆਂ ਨੂੰ ਆਖਿਆ ਸਫਾਈਆਂ ਸਫਾਈਆਂ ਕਰ ਸਕਦਾ ਬਿਸਮਿਲਲਾਹਿ ਰਹਿਮਾਨਿ ਰਹੀਮ ਅਸਲਾਮ ਅਲੈਕਮ ਜੀ ਉਮੀਦ ਕਰਨੇ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅੱਲਾਹ ਪਾਕ ਤੁਹਾਨੂੰ ਖੁਸ਼ ਤੇ ਆਬਾਦ ਰੱਖੇ ਹੱਸਦਿਆਂ ਮੁਸਕਰਾਉਂਦਿਆਂ ਰੱਖੇ ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਂਦੇ ਸ਼ੁਰੂ ਅੱਜ ਬਹੁਤ ਪਿਆਰਾ ਮੌਸਮ ਹੈ ਧੁੱਪ ਚੰਗੀ ਡਾਢੀ ਨਿਕਲੀ ਹੈ ਅਤੇ ਬਾਕੀ ਜਿਹੜਾ ਅਸੀਂ ਛੱਤ ਦੀ ਸਫਾਈ ਕਰ ਰਹੇ ਹਾਂ ਪਾਣੀ ਨਾਲ ਧੋ ਰਹੇ ਹਾਂ ਤਕਰੀਬਨ 10:15 ਦਾ ਟਾਈਮ ਹੋ ਗਿਆ ਇਹ ਤੱਕ ਕਬੂਤਰ ਬੰਦ ਨੇ ਕਿਉਂਕਿ ਸਫਾਈ ਕਰਨੀ ਬਾਕੀ ਜਿਹੜਾ ਗੋਲ ਧਾਰੇ ਵੀ ਥੋੜ੍ਹੇ ਮੱਧਮ ਪਏ ਨੇ ਇਹਨਾਂ ਦਾ ਵੀ ਕੋਈ ਕਲਰ ਚੇਂਜ ਕਰਾਂਗੇ ਅਤੇ ਬਾਕੀ ਜਿਤਨੇ ਵੀ ਦੋਸਤ ਚੈਨਲ 'ਤੇ ਨਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਵੀ ਕਰੋ ਦੋਸਤਾਂ ਵਿੱਚ ਵੀ ਸ਼ੇਅਰ ਕਰਿਆ ਕਰੋ ਅਤੇ ਮੈਂ ਇੱਕ ਵਾਰੀ ਹੱਥ ਵਿੱਚ ਕੈਮਰਾ ਪਾੜ ਕੇ ਤੁਹਾਨੂੰ ਥੋੜ੍ਹਾ ਮੰਜ਼ਰ ਚੈੱਕ ਕਰਾਉਂਦਾ ਛੱਤ ਦੇ ਉੱਪਰ ਇੱਕੋ ਖੁੱਡ ਹੈ ਇਹਦੇ ਦੋਵਾਂ ਸਾਈਡਾਂ 'ਤੇ ਦਰਵਾਜ਼ਾ ਨਾ ਅਤੇ ਬਿਲਕੁਲ ਤਾਜ਼ੀ ਤਾਜ਼ੀ ਸਫਾਈ ਕੀਤੀ ਹੈ ਪਾਣੀ ਨਾਲ ਅਤੇ ਇਸੇ ਖੁੱਡੇ ਦੇ ਇਸ ਪਾਸੇ ਵੀ ਦਰਵਾਜ਼ਾ ਹੈ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਹੈ ਅਤੇ ਬਾਕੀ ਸਾਰਾ ਛੱਤ ਉੱਪਰ ਧੋਤਾ ਗੁਲਧਾਰੇ ਮੱਠ ਪਏ ਨੇ ਬਾਕੀ ਉਹ ਆਤਫ ਬਾਈ ਅਤੇ ਨਾਲ ਜ਼ਬੈਰ ਲੱਗੇ ਨੇ ਥੱਲਿਓਂ ਵੀ ਆ ਖੁੱਡਿਆਂ ਦੀ ਸਫਾਈ ਬੱਚਿਆਂ ਦੀ ਲੈਣ ਦੀ ਸਫਾਈ ਹੋ ਚੁੱਕੀ ਹੈ ਤੋੜ ਤੱਕ ਬਾਕੀ ਉਹ ਬਾਕੀ ਦੂਸਰੇ ਖੁੱਡੇ ਵਿੱਚ ਬਾਕੀ 3 ਰਹਿੰਦੇ ਨੇ ਅਤੇ ਬਾਕੀ ਇਹ ਵਿਹੜਾ ਕਰਨਾ ਕਿਉਂਕਿ ਇੱਧਰ ਵੀ ਇਹ ਗੁਲਧਾਰੇ ਨੇ ਸ਼ਾਇਦ ਇਹਨਾਂ ਦਾ ਵੀ ਸਮਾਨ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੋਵੇਗਾ ਲਾਹੌਰੋਂ ਆਇਆ ਸਮਾਨ ਇਸ ਚੀਜ਼ ਦਾ ਅਤੇ ਸੈਟਿੰਗ ਕਰਾਂਗੇ ਅਤੇ ਬਾਕੀ ਅੱਜ ਕੋਲੀਆਂ ਵੀ ਜਾਣਾ ਫਾਤਿਆ 'ਤੇ ਅਤੇ ਬਾਕੀ ਆ ਪਿੰਡ ਵਿੱਚ ਵੀ ਕੁਲ ਸ਼ਰੀਫ ਹੈ ਉੱਥੇ ਵੀ ਹਾਜ਼ਰੀ ਦੇਣੀ ਹੈ ਬਾਕੀ ਆਤਫ ਬਾਈ ਕੋਲ ਪੁੱਛਿਆ ਕਿ ਉੱਪਰ ਵਾਲੇ ਕਬੂਤਰ ਬਾਹਰ ਕੱਢ ਦਿੰਦੇ ਹਾਂ ਅਤੇ ਉਹਨਾਂ ਕੋਲੋਂ ਚਾਬੀ ਦਾ ਨੰਬਰ ਪੁੱਛਿਆ ਕਹਿੰਦੇ ਨੇ ਇੱਧਰ ਹੈ 36 ਨੰਬਰ ਚਾਬੀ ਇਹ ਚਾਬੀ ਕੋਲ ਪਹਿਲਾਂ ਲਾਉਂਦੇ ਹਾਂ ਇੱਥੇ ਉਸ ਤੋਂ ਬਾਅਦ ਤਾਰਾਂ ਦੇ ਵਿੱਚ ਹੀ ਲਾ ਦਿੰਦੇ ਅਤੇ ਦੂਸਰੇ ਪਾਸੇ 37 ਹੈ 37 ਨੰਬਰ ਚਾਬੀ ਉਹ ਤਾਂ ਚਲੋ ਦੇਖ ਲੈਂਦੇ ਹਾਂ ਇਹ ਜਿਹੜੀ ਮੁੰਦੀ ਮਾਰ ਦਿੰਦੇ ਹਾਂ ਇਸ ਜਾਂ ਕਿਨਾਰੀ ਇੱਧਰ ਅਤੇ ਬਾਕੀ ਹੈ ਦਰਵਾਜ਼ਾ ਵੀ ਬੰਦ ਕਰ ਲਈਏ ਉਸ ਤੋਂ ਬਾਅਦ ਬੱਚੇ ਬੱਚੇ ਨੇ ਜਾਂ ਵੱਡੇ ਨੇ ਬਾਹਰ ਨੂੰ ਕੱਢਣਾ ਬਿਲਕੁਲ ਇਹ ਤੇ ਵੱਡੇ ਹੀ ਕਬੂਤਰ ਨੇ ਕਿਉਂਕਿ ਇਹ ਪੱਟੇ ਨੇ ਦੇਖਿਆ ਜੀ ਮਾਸ਼ਾਅੱਲਾ ਉਹ ਦੂਸਰਾ ਦਰਵਾਜ਼ਾ ਉੱਧਰੋਂ ਦੀ ਜਾ ਕੇ ਖੋਲ੍ਹ ਦਿੰਦੇ ਹਾਂ ਉੱਧਰ 37 ਨੰਬਰ ਚਾਬੀ ਲਾਉਣੀ ਹੈ ਪਹਿਲੀ ਦਫਾ ਇਹ ਤਾਲਾ ਖੋਲ੍ਹਿਆ ਅੱਜ ਉਹ ਵੀ ਆਤਫ ਬਾਈ ਥੱਲੇ ਮਸਰੂਫ ਨੇ ਅਤੇ ਉਹਨਾਂ ਕੋਲ ਫਿਰ ਨੰਬਰ ਪੁੱਛ ਲਿਆ ਇਹ ਹੁਣ 37 ਨੰਬਰ ਚਾਬੀ ਜੇ ਇੱਧਰੋਂ ਇੱਧਰ ਖੋਲ੍ਹ ਦਿੰਦੇ ਹਾਂ ਬਾਕੀ ਇਹ ਤੀਸਰੇ ਖੁੱਡੇ ਵਿੱਚ ਪਹੁੰਚ ਗਏ ਨੇ ਉਸ ਲਾਈਨ ਵਿੱਚ 5 ਖੁੱਡੇ ਨੇ ਚੰਗੀ ਵੀ ਜਾ ਅਤੇ ਬਾਕੀ ਇਹ ਹੁਣ ਵਾ ਕਰਾਸ ਹੋਵੇਗੀ ਇੱਥੋਂ ਬੰਦਾ ਉੱਧਰ ਵੀ ਜਾ ਸਕਦਾ ਨਾ ਬਾਕੀ ਵੀ ਇਹ ਤੁਹਾਨੂੰ ਇੱਕ ਬੜੀ ਅਹਿਮ ਗੱਲ ਦੱਸਣੀ ਆ ਬਲਕਿ ਹਰ ਕਬੂਤਰਬਾਜ਼ ਨੂੰ ਪਤਾ ਹੀ ਹੁੰਦਾ ਇਹ ਤੁਸੀਂ ਦੇਖ ਰਹੇ ਹੋਵੋਗੇ ਅੰਦਰ ਉਹ ਜਿਹੜੀ ਇਨਸਾਨ ਨਵੀਂ ਲਿਆ ਕੇ ਰੱਖੀ ਨੇ ਉਹ ਥੋੜ੍ਹੀ ਉੱਚਾਈ ਵਿੱਚ ਇੱਡੀ ਉੱਚੀ ਨਹੀਂ ਹੁੰਦੀ ਜਿਸ ਟਾਈਮ ਪਾਣੀ ਧਰੀ ਦੇਣਾ ਇਹ ਦੋਰੀ ਥੋੜ੍ਹੀ ਜਿਹੀ ਉੱਚੀ ਹੁੰਦੀ ਹੈ
ਉਸ ਤੋਂ ਕਣਕ ਤਕਰੀਬਨ 2-3 ਇੰਚ ਉੱਪਰ ਹੁੰਦੀ ਹੈ ਉੱਚੀ, 2 ਇੰਚ ਤਾਂ ਲਾਜ਼ਮੀ ਹੈ, ਬਲਤੀਨ ਵੀ ਹੋ ਸਕਦੀ ਹੈ। ਅਤੇ ਉਹ ਫਿਰ ਕਬੂਤਰ, ਕਿਉਂਕਿ ਜੇ ਪੱਟੇ ਹੋਣ ਤਾਂ ਫਿਰ ਕਬੂਤਰ ਪਾਣੀ ਪੀ ਕੇ ਜਿਸ ਟਾਈਮ ਥੱਲੇ ਢਲਦਾ ਅਤੇ ਉਹ ਗੁੱਲਾ ਛੁੱਲਾ ਕੋਈ ਖਰਾਬ ਹੋਣ ਦਾ ਚਾਂਸ ਹੁੰਦਾ ਨਾ। ਅਤੇ ਬਾਕੀ ਹੁਣ ਥੱਲੇ ਚੱਲਣੇ ਆ। ਆਤਫ ਭਾਈ ਕਹਿੰਦੇ ਨੇ ਜੋੜਿਆਂ ਵਾਲੇ ਵੀ ਕੁੜੀਆਂ ਦੇ ਦਰਵਾਜ਼ੇ ਖੋਲ੍ਹ ਦਿਓ। ਅਤੇ ਹੈਲੋ ਜੀ, ਇਹ ਵੀ ਖੋਲ੍ਹ ਦਿੱਤਾ। ਬਾਕੀ ਫਿਰ ਅੱਗੇ ਚੱਲਣੇ ਆ। ਇਹ ਸ਼ਾਇਦ 27 ਨੰਬਰ ਚਾਬੀ ਲਾ ਕੇ ਚੈੱਕ ਕਰ ਲੈਂਦੇ ਹਾਂ। ਠੀਕ, 27 ਨੰਬਰ। ਬਾਕੀ ਹੁਣ ਇਸ ਲਾਈਨ ਵਿੱਚ ਜਿਹੜਾ ਆਖਰੀ ਕੁੱਡਾ ਖੋਲ੍ਹਣ ਵਾਲਾ ਰਹਿ ਗਿਆ, ਪਾਣੀ ਸਾਰੀਆਂ ਦੋਰੀਆਂ ਵਿੱਚ ਫਰਸ਼ ਧੋਂਦਿਆਂ ਚੇਂਜ ਕਰ ਲਿਆ ਗਿਆ। ਆ ਤਾਂ ਬਾਈ ਇਹਦਾ ਕਿਹੜੇ ਨੰਬਰ ਚਾਹੀਦਾ, ਯਾਦ ਨਹੀਂ ਰਿਹਾ ਆਖਰੀ ਦਾ। 30 ਨੰਬਰ, ਠੀਕ ਹੈ। ਇਹ ਦੋਸਤੋ 30 ਨੰਬਰ ਚਾਬੀ ਲੱਗੀ। ਅਤੇ ਉਸਤਾਦ ਜੀ ਗਏ ਆ ਉਹ ਕੁਲ ਸ਼ਰੀਫ 'ਤੇ, ਭਾਈ ਮੌਲਵੀ ਰਜ਼ਵਾਨ ਨੇ ਦੇ ਵਾਲਦ ਫੋਤ ਹੋ ਗਏ ਹਨ, ਤਾਂ ਉੱਥੇ ਕੁਲ 'ਤੇ ਆਏ ਅਤੇ ਅੱਜ ਬੜੀ ਸਫਾਈ ਸ਼ਾਹੀ ਉੱਪਰ ਕਰਾਈ ਜੇ। ਉਹ ਪੀਰ ਸਾਹਿਬ ਆ ਰਹੇ ਨੇ ਬਾਹਰੋਂ, 11 ਤਰੀਕ ਨੂੰ ਫਿਰ ਲੱਗੇ ਨੇ, ਮੈਂ ਮੁੰਡਿਆਂ ਨੂੰ ਆਖਿਆ ਸਫਾਈਆਂ ਸਫਾਈਆਂ ਕਰ ਸਕਦਾ। ਹਾਂ ਨਹੀਂ ਉਹ ਲੱਗੇ ਅੱਗੇ, ਉਹ ਥੋੜ੍ਹੀ ਜਿਹੀ ਵੀਡੀਓ ਬਣਾਈ ਹੈ ਅਤੇ ਗੋਲਦਾਰਿਆਂ ਜਾਂ ਰੰਗ ਕਰਵਾਉਣੇ। ਅੱਛਾ, ਉਹ ਤਾਂ ਕਰੇ ਲੱਗੇ ਨੇ ਧੋਣ ਮਿੱਠੀ ਜੀਭ ਤੋਂ। ਮੈਂ ਕਿਹਾ ਗੋਲਧਾਰਿਆਂ 'ਤੇ ਰੰਗ ਹੋ ਜਾਏਗਾ ਅਤੇ ਫਿਰ ਬਾਈ, ਕਿਉਂਕਿ ਗੂਣ ਸੀਜ਼ਨ ਸਟਾਰਟ ਹੋਣੇ ਵਾਲਾ ਅਤੇ ਇਹ ਬੱਚੇ ਤਾਂ ਜ਼ਾਹਿਰ ਇਹ ਰੰਗ ਪਹਿਲੀ ਵਾਰੀ ਦੇਖਣ ਦੇ ਇੱਕ ਕਿਸਮ ਦਾ। ਬਾਕੀ ਕਬੂਤਰਾਂ ਕਈਆਂ ਦੇਖੇ ਆ ਜਿਹੜੇ ਪੱਟੇ ਨੇ, ਕੁਝ ਸਾਰਿਆਂ 'ਤੇ ਸਾਰਿਆਂ ਵੇਖੇ ਆ, ਸਾਰਿਆਂ ਵੇਖੇ ਆ। ਠੀਕ, ਫਿਰ ਬੈਸਟ ਆਫ ਲੱਕ ਅਤੇ ਸਾਰੇ ਦੋਸਤ ਭਰਾ ਦੁਆਵਾਂ ਜ਼ਰੂਰ ਕਰਿਆ ਕਰੋ ਅਤੇ ਹਲਕੇ ਰਿਜ਼ਲਟ ਵੀ ਅੱਛੇ ਆਉਣ। ਉਹੀ ਨਾ, ਅਤੇ ਠੀਕ ਹੈ ਉਸਤਾਦ ਜੀ, ਫਿਰ ਤੁਹਾਡਾ ਟਾਈਮ ਜ਼ਿਆਦਾ ਜ਼ਾਇਆ ਨਹੀਂ ਕਰਦੇ। ਠੀਕ, ਅਤੇ ਅਸੀਂ ਕੋਲੀਆਂ ਵੀ ਜਾਣਾ। ਕੁੱਲ ਤਾਂ ਚੱਲੀ ਉੱਥੇ, ਕੁੱਲ ਤਾਂ ਹੋ ਗਈ ਹੋਣੀ, ਕੁੱਲ ਹੋ ਗਈ ਫਾਤਿਹਾ ਚਲਵਾ ਹਾਂ ਨਾ। ਕੋਈ ਨਾ, ਅਤੇ ਫਿਰ ਅੱਲਾ ਦੇ ਵਾਲੇ। ਠੀਕ ਹੈ, ਠੀਕ ਹੈ ਫਿਰ। ਕੜੀ ਹੁਣ ਚੈੱਕ ਕਰ ਲਿਆ ਵੈਸੇ ਕਿਹੜਾ, ਦੋਸਤੋ ਤਾਂ ਭਰਾਵੋ ਕੋਲੀਆਂ ਇੱਕ ਫਾਤਿਹਾ ਤੋਂ ਜਾਣਾ ਅਤੇ ਉੱਧਰ ਜਾਂਦੇ ਹਾਂ ਅਤੇ ਬਾਕੀ ਜਾ ਕੇ ਕਬੂਤਰਾਂ ਦੀ ਕੋਈ ਵੀਡੀਓ ਬਣਾਈ ਫਿਰ ਦੇਖਦੇ ਹਾਂ।